ਉਹ ਤਾਂ ਕਹਿੰਦੇ ਮੈਨੂੰ ਬੁਲਾਓ ਉਹਨਾਂ ਨੂੰ ਬੁਲਾਉਂਦੇ ਨਹੀਂ ਵੀ ਅਸੀਂ ਤਾਂ ਕਹਿ ਰਹੇ ਹਾਂ ਬੁਲਾ ਲਓ ਜਾਂ ਤਾਂ ਤੂੰ ਸਾਨੂੰ ਇੰਨਾ ਵੱਡਾ ਲੀਡਰ ਨਹੀਂ ਸਮਝਦਾ ਉਹ ਤੂੰ ਕਹਿੰਦੇ ਵੱਡਾ ਭਾਈ ਉਹ ਸਰਕਾਰ ਚਲਾਉਣ ਲਈ ਤੈਨੂੰ ਨਵਜੋਤ ਸਿੱਧੂ ਦੀ ਲੋੜ ਪਈ ਤੇ ਨਵਜੋਤ ਸਿੱਧੂ ਨੇ ਕਿਹਾ ਭਾਈ ਸਰਕਾਰੀ ਕਰਦੇ ਪਿਛਲੀ ਪ੍ਰੈਸ ਕਾਨਫਰੰਸ ਤੁਸੀਂ ਸੁਣ ਲਿਆ ਤੁਹਾਨੂੰ ਮੈਂ ਦੱਸਦਾ ਵੀ ਤੂੰ 50,000 ਕਰੋੜ ਰੁਪਇਆ ਕਮਾ ਸਕਦਾ ਜੇ ਤੂੰ ਨਹੀਂ ਕਮਾਉਣਾ ਚਾਹੁੰਦਾ ਤਾਂ ਤੂੰ ਨਹੀਂ ਕਮਾਇਆ ਤੂੰ ਉਹਦੀ ਜਗ੍ਹਾ ਲੋਨ ਲੈ ਲਿਆ ਅਸੀਂ ਤੈਨੂੰ ਤਰੀਕਾ ਦੱਸ ਸਕਦੇ ਹਾਂ ਅਸੀਂ ਰੇਤੇ ਦਾ ਤਰੀਕਾ ਦੱਸ ਸਕਦੇ ਹਾਂ ਵੀ ਰੇਤਾ ਮਾਈਨਿੰਗ 'ਚ ਤੂੰ ਇੰਨਾ ਪੈਸਾ ਲੈ ਸਕਦਾ ਹਰ ਗਰੀਬ ਇੱਕ ਰੇਤੇ ਦੀ ਟਰਾਲੀ ਖਰੀਦਣ ਜੋਗਾ ਹੋਵੇ ਆਪਣਾ ਘਰ ਪਾਵੇ ਪੰਜਾਬ ਦਾ ਕਾਰੋਬਾਰ ਤਾਂ ਚੱਲੂਗਾ ਰੇਤੇ ਦਾ ਪੈਸਾ ਕਿੱਥੇ ਗਿਆ ਇਹ ਲਿਕਰ ਦਾ ਪੈਸਾ ਕਿੱਥੇ ਗਿਆ ਤੁਸੀਂ ਦੱਸ ਦਿਓ ਇਹ 50,000 ਕਰੋੜ ਕਿੱਥੇ ਗਿਆ ਕਿਹਦੇ ਕੋਲ ਗਿਆ ਇਹ ਤਾਂ ਮਾਨਸਾ ਵੀ ਦੱਸ ਸਕਦੇ ਹਾਂ ਨਾ ਤਾਂ ਸਿੱਧੂ ਸਾਹਿਬ ਨੂੰ ਦੱਸ ਦੇਣ L1 ਲਾਇਸੈਂਸਿਸ ਦੱਸ ਦੇਣ ਕਿਹਨੂੰ ਮਿਲੇ ਹੈ ਕਿਹਨੂੰ ਮਿਲੇ ਲਾਇਸੈਂਸ ਅਸੀਂ ਤਾਂ ਕੁਛ ਨਹੀਂ ਕਹਿ ਰਹੇ ਅਸੀਂ ਕਹਿ ਰਹੇ ਹਾਂ ਇੱਥੇ ਕਰੋ ਸਾਹਮਣੇ ਕਰੋ ਵੀ ਕਿਹਨੂੰ ਲਾਇਸੈਂਸ ਦਿੱਤੇ ਹੈ ਸਾਨੂੰ ਪਤਾ ਚੱਲੇ ਵੀ ਦਾਰੂ ਦੀ ਇੰਨੀ ਕਮਾਈ ਹੈ ਕਿੱਥੇ ਗਈ बहुत अच्छा प्रोजेक्ट लेके आ रही हूं मैं सारे पंजाब नूं असीं सोलर करन जा रहे हैं मेरा नेक्स्ट होगा ਉਹ ਮੈਂ ਸਾਰੇ ਪੰਜਾਬ ਦੀਆਂ ਛੱਤਾਂ ਖਰੀਦ ਕਰਨ ਲੱਗੀ ਆ ਅੱਜ ਸਿੱਧੂ ਸਾਹਿਬ ਦੇ ਖਿਲਾਫ ਇੱਕ ਅੰਮ੍ਰਿਤਸਰ ਤੋਂ ਕਾਂਗਰਸੀ ਆਗੂ ਨੇ ਚਿੱਠੀ ਲਿਖੀ ਹੈ ਹਾਈ ਕਮਾਂਡ ਨੂੰ ਕਿ ਸਿੱਧੂ ਸਾਹਿਬ ਆਪਣਾ ਪ੍ਰਚਾਰ ਕਰ ਰਹੇ ਨੇ ਪਾਰਟੀ ਦਾ ਨਹੀਂ ਪਾਰਟੀ ਦਾ ਪ੍ਰਚਾਰ ਤਾਂ ਪਾਰਟੀ ਦਾ ਪ੍ਰਧਾਨ ਕਰੂਗਾ ਤੇ LOP ਕਰੂਗਾ ਆਮ ਵਰਕਰ ਤਾਂ ਮੈਂ ਵੀ ਕੰਮ ਕਰ ਰਹੀ ਆ ਤਾਂ ਮੈਂ ਪਾਰਟੀ ਦਾ ਕੰਮ ਕਰ ਰਹੀ ਆ ਇਸ ਚ ਪਾਰਟੀ ਦਾ ਨਾਮ ਉੱਤੇ ਜਾਊਗਾ ਕਾਂਗਰਸ ਦਾ ਕੀ ਪ੍ਰਚਾਰ ਕਰੀਏ ਜਿਹੜੇ ਬੰਦਾ ਹਰ ਬੰਦਾ ਆਪਣੇ ਕੰਡਕਟ ਦਾ ਜ਼ਿੰਮੇਵਾਰ ਹੈ मैं उदा तो ले सकती हाँ मैं अपनी गरंटी ले सकती हाँ पर मैं किसी होर बंदे की गरंटी नहीं ले सकती भी होर मेरा बंदा होर मेरा लीडर केड़ा है हर लीडर अपने बारे ही बोल सकता जे ईमानदार कहता मैं पूरी पार्टी ईमानदार नहीं कह सकती या तो मेरी पूरी 117 बंदे मेरे पार्टी के ईमानदार हो तो मैं कहूँगी मैं कांग्रेसी हाँ मैं कांग्रेस का कर रही हाँ मैं ठेका असी ठेका नहीं लिता हो 117 बंद जे नवजोत सिद्धू को इन्नी ताकत हो अपने 117 बंदे लेके आवे तो तुम उंगल चक दो उस बंदे ते भी यह बंदे ने चोरी की है सिद्धू साहब ता तो कांग्रेस की गल करन किसी भी पार्टी च नहीं है किसी भी पार्टी च नहीं है पंजाब का भले ही उदो होना है जो 117 बंदे यह जे उठ के कहे भी अल आ मेरी आमदनी है आ मेरा खर्चा है क्यों नहीं दिखा सकते लोगों नूं तुसीं आओ मैं दिखानी हां क्योंकि इस 2022 दी चोणां इसे बदलाव नूं हुईआं सीगी हरेक ईमानदार बंदे नूं वोटां पाईआं जाण तां देख ले फिर डिबेट नूं तुहानूं की लगदा भज्जे साडे तों भज्जे होए लोग गए साडे तों भज्जे होए लोग गए अपने कारोबार बचाण लई गए ओह तुहानूं रंग ला के दिखा रहे हैं ਉਹ ਰੰਗ ਤੁਹਾਡੇ ਸਾਹਮਣੇ ਹੀ ਹੈ ਹੁਣ ਮੈਂ ਇੱਕ ਇੱਕ ਬਾਰੇ ਕੀ ਗੱਲ ਕਰਾਂ ਮੇਰੇ ਕੋਲ ਤਾਂ ਇੱਕ ਐਮਐਲਏ ਬਾਰੇ ਰੋਜ਼ 6-6 ਕੰਪਲੇਂਟਸ ਆ ਰਹੀਆਂ ਪਰ ਮੈਂ ਕੀ ਲਵਾਂ ਸੀ ਉਹਦੇ ਵਿੱਚ ਜਿਹੜੇ ਕਾਂਗਰਸ ਦੇ ਕਾਫੀ ਸੀਨੀਅਰ ਸੀ ਉਹ ਬੁਲਾਇਆ ਸੀਗਾ ਕੋਈ ਨਹੀਂ ਪਹੁੰਚਿਆ ਭਾਵੇਂ ਅਕਾਲੀਏ ਭਾਵੇਂ ਕਾਂਗਰਸ ਇਹ ਤਾਂ ਉਹੀ ਜਵਾਬ ਦੇ ਸਕਦੇ ਆ ਸਿੱਧੂ ਸਾਹਿਬ ਨੂੰ ਬੁਲਾਉਂਦੇ ਮੈਨੂੰ ਬੁਲਾਉਂਦੇ ਬੁਲਾ ਲਓ ਅੱਜ ਬੁਲਾ ਲਓ ਮੈਂ ਤਾਂ ਇਹੀ ਬਿੱਲੂ ਬੈਠੂੰਗੀ ਉਹ ਤਾਂ ਕਹਿੰਦੇ ਮੈਨੂੰ ਬੁਲਾਓ ਉਹਨਾਂ ਨੂੰ ਬੁਲਾਉਂਦੇ ਨਹੀਂ ਵੀ ਅਸੀਂ ਤਾਂ ਕਹਿ ਰਹੇ ਹਾਂ ਬੁਲਾ ਲਓ ਜਾਂ ਤਾਂ ਤੂੰ ਸਾਨੂੰ ਇੰਨਾ ਵੱਡਾ ਲੀਡਰ ਨਹੀਂ ਸਮਝਦਾ ਉਹ ਤੂੰ ਕਹਿੰਦਾ ਵੱਡਾ ਭਾਈ ਉਹ ਸਰਕਾਰ ਚਲਾਉਣ ਲਈ ਤੈਨੂੰ ਨਵਜੋਤ ਸਿੱਧੂ ਦੀ ਲੋੜ ਪਈ ਤੇ ਨਵਜੋਤ ਸਿੱਧੂ ਨੇ ਕਿਹਾ ਭਾਈ ਸਰਕਾਰੀ ਕਰਦੇ ਪਿਛਲੀ ਪ੍ਰੈਸ ਕਾਨਫਰੰਸ ਤੁਸੀਂ ਸੁਣ ਲਿਆ ਤੁਹਾਨੂੰ ਮੈਂ ਦੱਸਦਾ ਵੀ ਤੂੰ 50,000 ਕਰੋੜ ਰੁਪਇਆ ਕਮਾ ਸਕਦਾ ਜੇ ਤੂੰ ਨਹੀਂ ਕਮਾਉਣਾ ਚਾਹੁੰਦਾ ਤਾਂ ਤੂੰ ਨਹੀਂ ਕਮਾਇਆ ਤੂੰ ਉਹਦੀ ਜਗ੍ਹਾ ਲੋਨ ਲੈ ਲਿਆ ਅਸੀਂ ਤੈਨੂੰ ਤਰੀਕਾ ਦੱਸ ਸਕਦੇ ਹਾਂ ਅਸੀਂ ਰੇਤੇ ਦਾ ਤਰੀਕਾ ਦੱਸ ਸਕਦੇ ਹਾਂ ਵੀ ਰੇਤਾ ਮਾਈਨਿੰਗ 'ਚ ਤੂੰ ਇੰਨਾ ਪੈਸਾ ਲੈ ਸਕਦਾ ਹਰ ਗਰੀਬ ਇੱਕ ਰੇਤੇ ਦੀ ਟਰਾਲੀ ਖਰੀਦਣ ਜੋਗਾ ਹੋਵੇ ਆਪਣਾ ਘਰ ਪਾਵੇ ਪੰਜਾਬ ਦਾ ਕਾਰੋਬਾਰ ਤਾਂ ਚੱਲੂਗਾ ਰੇਤੇ ਦਾ ਪੈਸਾ ਕਿੱਥੇ ਗਿਆ ਇਹ ਲਿਕਰ ਦਾ ਪੈਸਾ ਕਿੱਥੇ ਗਿਆ ਤੁਸੀਂ ਦੱਸ ਦਿਓ ਇਹ 50,000 ਕਰੋੜ ਕਿੱਥੇ ਗਿਆ ਕਿਹਦੇ ਕੋਲ ਗਿਆ ਇਹ ਤਾਂ ਮਾਨਸਾ ਵੀ ਦੱਸ ਸਕਦੇ ਹਾਂ ਨਾ ਤਾਂ ਸਿੱਧੂ ਸਾਹਿਬ ਨੂੰ ਦੱਸ ਦੇਣ L1 ਲਾਇਸੈਂਸਿਸ ਦੱਸ ਦੇਣ ਕਿਹਨੂੰ ਮਿਲੇ ਹੈ ਕਿਹਨੂੰ ਮਿਲੇ ਲਾਇਸੈਂਸ ਅਸੀਂ ਤਾਂ ਕੁਛ ਨਹੀਂ ਕਹਿ ਰਹੇ ਅਸੀਂ ਕਹਿ ਰਹੇ ਹਾਂ ਇੱਥੇ ਕਰੋ ਸਾਹਮਣੇ ਕਰੋ ਵੀ ਕਿਹਨੂੰ ਲਾਇਸੈਂਸ ਦਿੱਤੇ ਹੈ ਸਾਨੂੰ ਪਤਾ ਚੱਲੇ ਵੀ ਦਾਰੂ ਦੀ ਇੰਨੀ ਕਮਾਈ ਹੈ ਕਿੱਥੇ ਗਈ ਤੁਸੀਂ ਬੋਤਲ ਮੰਗਾ ਲਓ ਬੋਤਲ ਤੇ MRP ਨਹੀਂ ਲਿਖੀ ਹੋਈ ਆਨਲਾਈਨ ਮਿਲ ਰਹੀ ਹੈ ਅੱਜ ਕੱਲ੍ਹ ਵਾਈਨ ਆਨਲਾਈਨ ਆ ਗਈ ਉੱਥੇ ਤਾਂ ਲਿਖਿਆ ਹੋਇਆ ਹੈ ਜਿਹੜੀ ਮੁੰਬਈ ਪੋਰਟ ਤੋਂ ਆਈ ਹੈ ਟੈਕਸਿਸ ਨਾਟ ਟੂ ਬੀ ਪੇਡ ਟੂ ਦ ਮਹਾਰਾਸ਼ਟਰਾ ਗਵਰਨਮੈਂਟ ਇੱਥੇ ਆ ਗਈ MRP ਹੈ ਨਹੀਂ ਇਹਦਾ ਮਤਲਬ ਪੰਜਾਬ ਸਰਕਾਰ ਨੂੰ ਟੈਕਸ ਨਹੀਂ ਜਮ੍ਹਾਂ ਹੋਇਆ ਇਹ ਦਾਰੂ ਕਿਹਦੇ ਕੋਲ ਹੈ ਕੌਣ ਵੇਚ ਰਿਹਾ ਹੈ ਇਹ ਸਰਕਾਰ ਨੂੰ ਤਾਂ ਪਤਾ ਹੈ ਨਾ ਨਹੀਂ ਤਾਂ ਪਤਾ ਕਰੇ ਜੇ ਨਹੀਂ ਪਤਾ ਵੀ ਉਸ ਇਹ ਦਾਰੂ ਕੌਣ ਵੇਚ ਰਿਹਾ ਸਾਰੇ ਪੰਜਾਬ 'ਚ ਇਹ ਪੈਸਾ ਇਹਦੀ ਐਕਸਾਈਜ਼ ਕਿਉਂ ਕਿਉਂ ਕਿਤੇ ਹੋਰ ਜਾ ਰਹੀ ਹੈ ਪੰਜਾਬ ਦੇ ਖਾਤੇ 'ਚ ਕਿਉਂ ਨਹੀਂ ਜਾ ਰਹੀ ਹੁਣ ਐਡਾ ਵੱਡਾ ਪੁਆਇੰਟ ਸੀਗਾ ਵੀ ਕਿੰਨੇ ਐਪਲੀਕੇਸ਼ਨਸ ਆਈਆਂ 280 ਪਤਾ ਨਹੀਂ ਕਿੰਨੇ ਠੇਕਿਆਂ ਲਈ ਕਿੰਨੀਆਂ ਐਪਲੀਕੇਸ਼ਨਸ ਆਈਆਂ 2-2 ਲੱਖ ਜਮ੍ਹਾਂ ਹੋਇਆ ਹਰ ਐਪਲੀਕੇਸ਼ਨ ਤੇ ਨਾਨ ਰਿਫੰਡੇਬਲ ਉਹ ਪੈਸਾ ਕਿੱਥੇ ਹੈ ਕਿਹਦੀ ਜੇਬ 'ਚ ਗਿਆ
ਸਾਨੂੰ ਤਾਂ ਪੰਜਾਬ ਦੇ ਪੈਸੇ ਦੱਸ ਦੋ ਨਾ ਕਿਹਦੀ ਜੇਬਾਂ ਚ ਗਏ ਤੁਸੀਂ ਆਪ ਕਲੀਅਰ ਕਰੋ ਇਹ ਤਾਂ ਸਰਕਾਰ ਹੁਣ ਮੇਰੀ ਤਾਂ ਕਲੈਰਿਟੀ ਉੱਥੇ ਖੜੀ ਹੈ ਚੰਗੀ ਸਰਕਾਰ ਹੈ ਜੇ ਮੇਰੇ ਸਾਰੇ ਮਰੀਜ਼ਾਂ ਦਾ ਮੈਂ ਡਾਇਗਨੋਜ਼ ਵੀ ਉਹ ਕਰੇ ਮੈਂ ਹਜੇ ਕਰਕੇ ਦੇ ਰਹੀ ਹਾਂ ਮੈਂ 18 ਕੈਂਪ ਲਾਊਂ 18 ਤੋਂ ਹੋਰ 18 ਵੀ ਲਾਊਂ ਮੈਂ ਲੋਕਾਂ ਨੂੰ ਕਿਉਂਕਿ ਮੈਂ 117 ਹਲਕਿਆਂ 'ਚ ਲਾ ਰਹੀ ਹਾਂ ਪਰ ਸਰਕਾਰ ਬੰਦਾ ਵਾਕ ਇਨ ਕਰਕੇ ਆਪਣਾ ਟੈਸਟ ਕਰਾ ਸਕੇ ਲੋਕਾਂ ਨੂੰ ਅਸੀਂ ਅਵੇਅਰ ਕਰ ਦਾਂਗੇ ਪਰ ਸਾਨੂੰ ਜਗ੍ਹਾ ਦੱਸੋ ਮੈਂ ਲੋਕਾਂ ਨੂੰ ਦੱਸੂ ਵੀ ਭਾਈ ਆਹ ਜਗ੍ਹਾ 'ਤੇ ਜਾਣਾ ਹੈ ਉੱਥੇ ਤੁਹਾਡੇ ਫ੍ਰੀ ਟੈਸਟ ਹੋਣਗੇ ਫਿਰ ਉਹਨਾਂ ਦਾ ਫ੍ਰੀ ਸਰਜਰੀ ਹੋਵੇ ਫਿਰ ਉਹਨਾਂ ਦਾ ਤਿੰਨ ਹੀ ਚੀਜ਼ਾਂ ਨੇ ਨਾ ਤੇ ਕੀਮੋ ਹੈ ਇੱਕ ਰੇਡੀਓ ਹੈ ਪਹਿਲਾਂ ਸਰਜਰੀ ਹੈ ਕੀਮੋ ਹੈ ਰੇਡੀਓ ਹੈ ਜਾਂ ਹੋਮੋਥੈਰੇਪੀ ਹੈ ਉਹ ਜਿਹੜੀ ਦਵਾਈ ਹੈ ਪਹਿਲਾਂ ਅਮਰੀਕਾ ਮਿਲਦੀ ਸੀ ਇੱਥੇ ਆਉਣ ਲੱਗ ਗਈ ਉਹਨੂੰ ਚੀਪੈਸਟ ਰੇਟ 'ਤੇ ਦੇ ਦਿਓ ਕੰਪਨੀ ਵਾਲੇ ਨਾਲ ਗੱਲ ਕਰਕੇ ਵੀ ਬਲਕ 'ਚ ਸਰਕਾਰ ਖਰੀਦ ਰਹੀ ਹੈ ਇੰਨਾ ਤਾਂ ਸਰਕਾਰ ਦਾ ਫਰਜ਼ ਬਣਦਾ ਹੈ ਤੇ ਗਲਤ ਜਿਹੜੇ ਗਲਤ ਕੁਐਕਸ ਹੈ ਉਹਨਾਂ ਨੂੰ ਕੱਢ ਦੇ ਕਿਉਂਕਿ ਉਹ ਜਿਹੜੇ ਗਲਤ ਕੁਐਕਸ ਹੈ ਉਹੀ ਫਸਟ ਸੈਕਿੰਡ ਸਟੇਜ ਤੋਂ ਤੀਜੀ ਚੌਥੀ ਸਟੇਜ ਤੇ ਲੈ ਕੇ ਜਾ ਰਹੇ ਹੈ ਮੈਂ ਤੁਹਾਨੂੰ ਫਿਰ ਕਹਿ ਰਹੀ ਹਾਂ ਮੈਨੂੰ ਵੀ ਇੱਕ ਪਹਿਲੀ ਸਟੇਜ ਤੇ ਮੈਂ ਗਟੋਲੀ ਲੱਭੀ ਆਪਣੀ ਆਪਣੇ ਕੇਸ ਦੀ ਦੱਸ ਰਹੀ ਹਾਂ ਮੈਨੂੰ ਵੀ ਇੱਕ ਡਾਕਟਰ ਨੇ ਕਿਹਾ ਗਿਆ ਇੱਕ ਹੋਮੋਪੈਥਿਕ ਡਾਕਟਰ ਨੇ ਕਿਹਾ 3 ਮਹੀਨੇ ਦੀ ਦਵਾਈ ਖਾ ਲੈ ਤੇਰੀ ਗਟੋਲੀ ਗਾਇਬ ਹੋ ਜੀ ਮੈਂ ਵੀ ਖਾਧੀ ਸੋਚੋ ਜਿਹੜਾ ਬੰਦਾ ਲੜਾਈ ਲੜ ਰਿਹਾ ਸਿਆਣਾ ਡਾਕਟਰ ਹੈ ਚੰਗਾ ਭਲਾ ਸਾਰੀ ਉਮਰ ਲੋਕਾਂ ਨੂੰ ਕਹਿੰਦਾ ਰਿਹਾ ਪਹਿਲੇ ਸਾਈਂ ਤੇ ਡਾਕਟਰ ਕੋਲ ਜਾ ਕੇ ਸਰਜਰੀ ਕਰਾਣੀ ਹੈ ਉਹਨੂੰ ਵੀ ਚੰਗਾ ਲੱਗਿਆ ਸੁਣਨ ਨੂੰ ਵੀ ਤੈਨੂੰ ਕੈਂਸਰ ਨਹੀਂ ਹੈ ਤੈਨੂੰ ਕੁਝ ਹੋਰ ਹੋ ਸਕਦਾ ਤੂੰ ਇਹ ਦਵਾਈ ਖਾ ਕੇ ਤੇਰੀ ਗਟੋਲੀ ਗੁੰਮ ਜੂਗੀ ਤਾਂ ਮੈਂ ਵੀ ਉਹਨੂੰ ਸੈਕਿੰਡ ਸਟੇਜ ਤੇ ਕਿੱਥੇ ਛੋਟੀ ਜਿਹੀ ਸਰਜਰੀ ਹੋਣੀ ਸੀ ਕਿੱਥੇ ਪੂਰੀ ਸਰਜਰੀ ਹੋਈ ਪੂਰੀ ਐਕਸਟੈਂਸਿਵ ਸਰਜਰੀ ਇੰਨੀ ਗੰਦੀ ਉਸ ਤੋਂ ਬਾਅਦ ਆ ਕੀਮੋਜ਼ ਹੋਈਆਂ 6 ਹੁਣ ਬਿਜਲੀਆਂ ਲੱਗਣਗੀਆਂ ਮੈਨੂੰ ਫੋਨ ਆ ਰਹੇ ਹੈ ਮੈਨੂੰ ਹੁਣ ਅਵੇਅਰਨੈਸ ਮੈਂ ਇਸ ਗੱਲ ਤੇ ਖੁਸ਼ ਹਾਂ ਵੀ ਅੱਜ ਮੈਨੂੰ ਫੋਨ ਆ ਰਹੇ ਹੈ ਸਾਡੀਆਂ ਟੀਮਾਂ ਨੂੰ ਫੋਨ ਆ ਰਹੇ ਹੈ ਵੀ ਡਰਨਾ ਨਹੀਂ ਜਾਓ ਹੁਣ ਮੈਂ ਸਮਝਾ ਰਹੀ ਹਾਂ ਉਹਨਾਂ ਨੂੰ ਹਸਬੈਂਡਸ ਆਪਣੀਆਂ ਵਾਈਫਸ ਨਾਲ ਗੱਲ ਕਰਾ ਰਹੇ ਹੈ ਆਹ ਲੈ ਮੈਡਮ ਸਿੱਧੂ ਗੱਲ ਕਰ ਰਹੀ ਹੈ ਤੇਰੇ ਨਾਲ ਮੈਂ ਖੁਸ਼ ਹਾਂ ਇਸ ਗੱਲ ਤੇ ਕਿ ਮੈਂ ਉਹਨਾਂ ਨੂੰ ਕਹਿ ਰਹੀ ਹਾਂ ਜਾ ਭੱਜ ਜਾ ਮਰਨੇ ਗਲਨੇ ਕੀੜੇ ਪੈਣਗੇ ਬਾਂਹ ਕੱਟਣੀ ਪਊ ਮੈਂ ਕਿਹਾ ਛੋਟੀ ਹੈ ਭੱਜ ਲੈ ਜੋ ਮਰਜ਼ੀ ਹੈ ਕੋਲਨ ਕੈਂਸਰ ਵਾਲੇ ਫੋਨ ਕਰ ਰਹੇ ਹਨ ਜੀ ਆਂਤੜੀਆਂ ਦੇ ਬਲੌਕ ਲੱਗ ਗਿਆ ਉੱਥੇ ਆਹ ਨਿਕਲਿਆ ਰਿਪੋਰਟਾਂ ਭੇਜ ਰਹੇ ਹਾਂ ਮੇਰੇ ਫੋਨ 'ਚ ਹੈ ਫਿਰ ਉਹਨਾਂ ਨੂੰ ਕਹਿ ਰਹੀ ਇਮੀਡੀਏਟਲੀ ਜਾ ਕੇ ਕਟਵਾ ਕੁਛ ਨਹੀਂ ਇੰਨੀ ਲੰਬੀ ਆਂਤੜੀ ਹੈ ਇੰਨੀ ਕਟਵਾ ਲੈ ਉਸ ਤੋਂ ਬਾਅਦ ਉਹ ਜੋੜ ਦੇਣਗੇ ਬਿਲਕੁਲ ਠੀਕ ਹੋ ਜਾਏਗੀ ਨਹੀਂ ਤਾਂ ਮਰੇਂਗੀ ਗਲੇਂਗੀ ਸੋ ਇਹ ਤੁਹਾਡੇ ਬਿਨਾਂ ਨਹੀਂ ਹੋ ਸਕਦਾ ਸੋ ਬਹੁਤ ਬਹੁਤ ਧੰਨਵਾਦ ਸਾਰੀ ਪ੍ਰੈਸ ਦਾ ਕਿਉਂਕਿ ਤੁਹਾਡੇ ਨਾਲ ਹੀ ਇਹ ਮੁਹਿੰਮ ਚੱਲੂ